ਨੇ ਮੈਂ ਤਾਂ ਨਹੀਂ ਮਰੀ ਆ ਉਹ ਮੈਂ ਹੋਰ ਮਾਰਾਂਗਾ ਤੈਨੂੰ ਮੈਂ ਹੋਰ ਮਾਰਾਂਗਾ ਤੈਨੂੰ ਐ ਬਦਮੀਨੀ ਨਾ ਕਰ ਓਏ ਓਏ ਮੈਨੂੰ ਬੈ ਕੀ ਆ ਹਤੀਰਾ ਬੈ ਮੈਂ ਪੈ ਨਹੀਂ ਤੇਰੇ ਹਤੀ ਫਿਰ ਤੂੰ ਮੈਂ ਤੈਨੂੰ ਨਾਰ ਤੇ ਕਰ ਨਹੀਂ ਹੁਣ ਮੈਂ ਨਹੀਂ ਉਜਾਨ ਨਾਰ ਤੇ ਤੇਰੇ ਨਾਲ ਇੰਨੀ ਗਰਮੀ ਪੈ ਰਹੀ ਹੈ ਚਲ ਆ ਚਲੀਏ ਓਏ ਓਏ ਤੂੰ ਬਿਲਕੁਲ ਓਕੀ ਹਾਂ ਤਾਂ ਕਿਉਂ ਪੈ ਗੱਲ ਤਾਂ ਕਿਉਂ ਪੈ ਨਾ ਪੇ ਤੇ ਤੁਹਾਨੂੰ ਖੜ ਲੱਗੇ ਨਾਰ ਤੇ ਤੈਨੂੰ ਮੈਂ ਨਾਰ ਤੇ ਬੈਠ ਜਾਣਾ ਨਾਰ ਤੇ ਬੈਠ ਜਾਣਾ ਨਾਰ ਤੇ ਭਾਈ ਤੁਹਾਨੂੰ ਪੈ ਵੀ ਦਾ ਨਾ ਪੈ ਹੈ ਕਿਹੜੇ ਕੀ ਮੈਨੂੰ ਹੈ ਤੂੰ ਮੇਰੇ ਨਾਲ ਚੱਲ ਮੈਂ ਮਾਲਕ ਓਏ ਮੇਰੀ ਗੱਲ ਸੁਣ ਇੱਕ ਮਿੰਟ ਓਏ ਇੱਕ ਮਿੰਟ ਖਲੋ ਜੀ ਦੋਸਤੋ ਮੈਂ ਹੂੰ ਖਾਨ ਅਲੀ ਤੇ ਬੜੀ ਮਜ਼ੇਦਾਰ ਵੀਡੀਓ ਬਣਾਈ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ ਤੇ ਵੀਡੀਓ ਜਿਹੜੀ ਹੈ ਆਓ ਨਹਿਰ ਤੇ ਚੱਲੀਏ ਕਾਫੀ ਦੋਸਤਾਂ ਨੇ ਮੇਰੇ ਵੀਰਾਂ ਨੇ ਭਰਾਵਾਂ ਨੇ ਕਿਹਾ ਸੀ ਕਿ ਇਹਦਾ ਪਾਰਟ ਅਗਲਾ ਬਣਾਓ ਤੇ ਬੜੀ ਮਜ਼ੇਦਾਰ ਵੀਡੀਓ ਹੈ ਆਓ ਨਹਿਰ ਤੇ ਚੱਲੀਏ ਤੇ ਵੀਡੀਓ ਦੇਖ ਕੇ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਔਰ ਕਮੈਂਟ ਜ਼ਰੂਰ ਕਰਿਆ ਜੇ ਤੁਹਾਡੇ ਦੋਸਤਾਂ ਦਾ ਬੜਾ ਬੜਾ ਸ਼ੁਕਰੀਆ ਤੁਸੀਂ ਲਾਈਕ ਦਿੰਦੇ ਹੋ ਸ਼ੇਅਰ ਕਰਦੇ ਹੋ ਵੀਡੀਓ ਨੂੰ ਦੇਖਦੇ ਹੋ ਐਂਡ ਤੱਕ ਦੇਖਦੇ ਹੋ ਤੇ ਮੇਰਾ ਦੂਸਰਾ ਚੈਨਲ ਹੈ ਸਾਰਾ ਬਣੋ ਉਹਨੂੰ ਵੀ ਜਾ ਕੇ ਦੇਖਣਾ ਔਰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਪਾਕਿਸਤਾਨ ਅਸੀਂ ਵੇਲੇ ਲੋਕ ਅਸੀਂ ਵੇਲੇ ਲੋਕ ਅਸੀਂ ਵੇਲੇ ਲੋਕ ਵੇਲੇ ਅਸਲਾਮੁਅਲੈਕੁਮ ਭਾਈ ਭਾਈ ਇੱਕ ਮਿੰਟ ਗੱਲ ਸੁਣਿਆ ਦੱਸੋ ਇੱਥੇ ਕੀ ਕਰ ਰਹੇ ਹੋ ਬੈਠਾ ਕਰਨਾ ਕੀ ਹੈ ਹਾਂਜੀ ਬੈਠਾ ਇੱਥੇ ਇੱਥੇ ਬੈਠੇ ਆ ਤੇ ਹੋਰ ਕਿਤੇ ਬਾਹਾਂ ਜਾ ਕੇ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਬਾਹਾਂ ਗੱਲ ਸੁਣਿਆ ਜੀ ਇੱਕ ਮਿੰਟ ਭਾਈ ਦੱਸੋ ਕੀ ਗੱਲ ਹੈ ਕੋਈ ਪਰੇਸ਼ਾਨੀ ਹੈ ਭਾਈ ਤੈਨੂੰ ਕੀ ਟੈਨਸ਼ਨ ਹੈ ਮੇਰੇ ਨਾਲ ਪਰੇਸ਼ਾਨ ਹੋਵਾਂ ਹੈਪੀ ਹੋਵਾਂ ਤੇਰਾ ਕੀ ਤਲਕ ਇਸ ਗੱਲ ਨਾਲ ਮੈਨੂੰ ਤੁਹਾਡੇ ਨਾਲ ਥੋੜ੍ਹੀ ਦੇਰ ਵਾਸਤੇ ਕੰਮ ਹੈ ਓ ਨੋ ਦੱਸ ਕੀ ਕੰਮ ਹੈ ਕੰਨ ਕਰੋਗੇ ਤੇਰਾ ਕੰਨ ਕਰੋ ਮੈਨੂੰ ਇੱਕ ਤੁਹਾਨੂੰ ਗੱਲ ਕਰਨੀ ਹੈ ਤੇ ਕਰ ਲੈ ਮੈਂ ਸੁਣਨੇ ਆ ਤੇਰੀ ਗੱਲ ਕੰਨ ਚ ਜਿਹੜੀ ਗੱਲ ਹੈ ਮੇਰੇ ਕੋਲ ਹੀ ਖਲੋਤਾ ਤੂੰ ਗੱਲ ਕਰ ਜਿਹੜੀ ਗੱਲ ਕਰਨ ਵਾਲੀ ਹੈ ਥੋੜ੍ਹਾ ਜਿਹਾ ਹੋਰ ਅੱਗੇ ਹੋਈ ਆ ਤੁਹਾਡੇ ਕੋਲ ਇਸ ਤੋਂ ਅੱਗੇ ਕਿੱਥੇ ਹੋਣੇ ਓ ਨੋ ਥੋੜ੍ਹਾ ਜਿਹਾ ਇੰਨਾ ਕੁ ਹੋਈ ਆ ਅੱਗੇ ਇਸ ਤੋਂ ਅੱਗੇ ਕਿੱਥੇ ਹੋਣਾ ਜਿਹੜੀ ਗੱਲ ਹੈ ਕਰ ਮੈਂ ਤੇਰੀ ਸੁਣਨੇ ਆ ਤੁਸੀਂ ਬੜੇ ਪਰੇਸ਼ਾਨ ਲੱਗ ਰਹੇ ਹੋ ਨਾ ਮੈਨੂੰ ਕੀ ਗੱਲ ਹੈ ਭਾਈ ਪਰੇਸ਼ਾਨ ਕਿਉਂ ਉਹ ਯਾਰ ਮੈਂ ਪਰੇਸ਼ਾਨ ਇੱਥੇ ਹਰ ਬੰਦਾ ਹੀ ਪਰੇਸ਼ਾਨ ਹੈ ਜਿਹੜੀ ਤੇਰੀ ਗੱਲ ਹੈ ਤੇ ਮੈਨੂੰ ਕਰ ਕੀ ਗੱਲ ਹੈ ਭਾਈ ਕਿਉਂ ਇੰਨੇ ਪਰੇਸ਼ਾਨ ਹੋ ਮੈਨੂੰ ਦੱਸੋ ਮੈਂ ਤੁਹਾਡੀ ਗੱਲ ਸੁਣਾਂਗਾ ਤੁਸੀਂ ਤਾਂ ਮੇਰੀ ਸੁਣੇ ਨਹੀਂ ਨਾ ਰੇ ਮੈਂ ਤੁਹਾਡੀ ਸੁਣਾਂਗਾ ਗੱਲ ਤੂੰ ਕੌਣ ਹੈ ਮੇਰੀ ਗੱਲ ਸੁਣਨ ਵਾਲਾ ਤੇਰਾ ਕੀ ਮਸਲਾ ਤੂੰ ਜਿਹੜਾ ਮਸਲਾ ਆਪਣਾ ਬਿਆਨ ਕਰਨਾ ਹੈ ਉਹ ਬਿਆਨ ਕਰ ਭਾਈ ਪਰੇਸ਼ਾਨ ਕਿਉਂ ਹੋ ਫਿਰ ਉਹ ਯਾਰ ਮੈਂ ਪਰੇਸ਼ਾਨ ਆ ਬੜਾ ਮੈਨੂੰ ਹੋਰ ਪਰੇਸ਼ਾਨ ਨਾ ਕਰ ਜਾ ਮੇਰਾ ਭਰਾ ਕੰਮ ਕਰ ਜਾ ਇੱਕ ਛੋਟੀ ਜਿਹੀ ਗੱਲ ਕਰਨੀ ਹੈ ਤੁਹਾਡੇ ਨਾਲ ਉਹ ਜਿਹੜੀ ਗੱਲ ਹੈ ਮੈਂ ਕਹਿਣ ਦੇ ਰਿਹਾ ਕਰ ਓ ਨੋ ਤੁਸੀਂ ਮੇਰੇ ਨਾਲ ਨਹਿਰ ਤੇ ਚੱਲੋਗੇ ਨਹਿਰ ਤੇ ਚੱਲੋਗੇ ਨੋ ਮੈਂ ਤੇਰੇ ਨਾਲ ਨਹਿਰ ਤੇ ਕੀ ਲੈਣ ਜਾਵਾਂ ਭਾਈ 2 ਮਿੰਟ ਆਸੇ ਮੇਰੇ ਨਾਲ ਨਹਿਰ ਤੇ ਚੱਲੋ ਮੈਂ ਤੇਰੇ ਨਾਲ ਨਹਿਰ ਤੇ ਕੀ ਲੈਣ ਜਾਣਾ ਹੈ ਮੈਨੂੰ ਦੱਸ ਤੇ ਸਹੀ ਨਾ ਮੇਰਾ ਕੀ ਕੰਮ ਹੈ ਉੱਥੇ ਨਹਿਰ ਤੇ ਓ ਨੋ ਤੁਸੀਂ ਆਓ ਤੇ ਸਹੀ ਨਾ ਇੱਕ ਮਿੰਟ ਮੇਰੇ ਨਾਲ ਨਹਿਰ ਪਰੇ ਹੋ ਕੇ ਥੋੜੀ ਗੱਲ ਕਰਨਾ ਤੇਰੀ ਗੱਲ ਸੁਣਨੇ ਆ ਮੈਂ ਮੈਨੂੰ ਤੁਹਾਡੇ ਨਾਲ ਬੜਾ ਜ਼ਰੂਰੀ ਕੰਮ ਹੈ ਭਾਈ ਮੇਰੇ ਨਾਲ ਕੀ ਜ਼ਰੂਰੀ ਕੰਮ ਹੈ ਤੈਨੂੰ ਤੁਸੀਂ ਵੇਖੋ ਨਾ ਕਿੱਡੀ ਕਲੀਨ ਸ਼ੇਵ ਸੋਨੀ ਕਰਾਈ ਹੈ ਤੇ ਆ ਤਾਂ ਠੀਕ ਹੈ ਤੂੰ ਵੀ ਕਰਾ ਲੈ ਇਹ ਚ ਕਿਹੜੀ ਗੱਲ ਹੈ ਤੁਸੀਂ ਬੜੇ ਸੋਹਣੇ ਹੋ ਭਾਈ ਓ ਯਾਰ ਮੈਂ ਸੋਹਣਾ ਹੈ ਨਾ ਮੈਂ ਅੱਗੇ ਬੜਾ ਪਰੇਸ਼ਾਨ ਹਾਂ ਮੈਨੂੰ ਹੋਰ ਪਰੇਸ਼ਾਨ ਨਾ ਕਰ ਜਿਹੜੀ ਗੱਲ ਕਰਨਾ ਹੈ ਉਹ ਗੱਲ ਕਰ ਮੇਰੇ ਨਾਲ ਤੁਹਾਡੀ ਸਾਰੀਆਂ ਪਰੇਸ਼ਾਨੀਆਂ ਮੈਂ ਦੂਰ ਕਰ ਦੇਵਾਂਗਾ ਮੈਂ ਕਹਿ ਤੇ ਰਿਹਾ ਭਾਈ ਜਾਨ ਇੱਕ ਦਫਾ ਨਹਿਰ ਤੇ ਚੱਲੋ ਤੇ ਸਹੀ ਆਓ ਤੇ ਸਹੀ ਮੇਰੇ ਨਾਲ ਨਹਿਰ ਦੇ ਕੀ ਨਹਿਰ ਤੇ ਜਾ ਕੇ ਮੈਂ ਤੇਰੇ ਨਾਲ ਕਰਨਾ ਜਿਹੜੀ ਗੱਲ ਆਈ ਕਰ ਮੇਰੇ ਨਾਲ ਓ ਭਾਈ ਮੈਂ ਤੁਹਾਨੂੰ ਉੱਧਰ ਰੋਟੀ ਖਵਾਵਾਂਗਾ ਹੋਰ ਕੀ ਕਰਾਂਗਾ ਆਓ ਤੇ ਸਹੀ ਮੇਰੇ ਨਾਲ ਤੇ ਰੋਟੀ ਮੈਂ ਘਰੋਂ ਨਹੀਂ ਖਾਂਦਾ ਤੇ ਰੋਟੀ ਮੈਂ ਘਰੋਂ ਨਹੀਂ ਖਾਂਦਾ ਤੇ 2 ਮਿੰਟ ਲੱਗਣੇ ਨੇ ਉਹ ਮੈਂ ਉੱਥੇ ਕੀ ਲੈਣ ਜਾਣਾ ਨਹਿਰ ਤੇ ਭਾਈ ਤੁਹਾਨੂੰ ਸਾਬਣ ਲਾਵਾਂਗਾ ਤੁਹਾਡੇ ਪਿੰਡੇ ਦੇ ਨਾਲ ਹੀ ਆਓ ਚੱਲੀਏ ਤੇ ਸਾਬਣ ਤੇ ਮੈਂ ਘਰ ਵੀ ਨਾਲ ਲੱਗੇ ਲਾਣਾ ਤੂੰ ਮੇਰੇ ਪਿੰਡੇ ਦੇ ਕਿਉਂ ਸਾਬਣ ਲਾਏਗਾ ਵਜਾ ਤੇਰਾ ਕੀ ਤਲਕ ਹੈ ਸਾਬਣ ਲਾਣਾ ਤੇ ਭਾਈ ਹੋਰ ਜਿੱਥੇ ਆਖੋਗੇ ਲਾ ਦੇਗਾ ਪਿੰਡੇ ਦੇ ਨਹੀਂ ਲਾਂਦਾ ਉਹ ਮੇਰੇ ਨਾਲ ਗੱਲ ਬੰਦੇ ਦੇ ਪੁੱਤਰਾਂ ਤੇ ਨਾ ਕਰ ਮੇਰੀ ਗੱਲ ਹੋਏ ਬਦਤਮੀਜ਼ੀ ਨਾ ਕਰ ਉਹ ਤੂੰ ਬਦਤਮੀਜ਼ੀ ਕਰਨ ਨਹੀਂ ਮੇਰੇ ਨਾਲ ਜਾਨ ਕਿਉਂ ਮਾਰੀ ਆ ਉਹ ਮੈਂ ਹੋਰ ਮਾਰਾਂਗਾ ਤੈਨੂੰ ਬਦਤਮੀਜ਼ੀ ਨਾ ਕਰ ਮੈਂ ਕਰਨੀ ਹੈ ਤੇਰੇ ਨਾਲ ਬਦਤਮੀਜ਼ੀ ਮੈਂ ਤੇ ਤੈਨੂੰ ਸਿਰਫ ਨਹਿਰ ਤੇ ਗਿਆ ਜਾਨ ਕਿਉਂ ਮਾਰੀ ਆ ਉਹ ਤੂੰ ਕਿਉਂ ਨਹਿਰ ਤੇ ਮੈਨੂੰ ਕਿਹਾ ਤੇਰਾ ਕੀ ਤਲਕ ਨਹਿਰ ਤੇ ਮੈਨੂੰ ਖੜਾਉਂਦਾ ਮੈਨੂੰ ਕੰਮ ਹੈ ਤੇਰੇ ਨਾਲ ਉੱਤੇ
ਮੈਨੂੰ ਤੇਰਾ ਕੋਈ ਕੰਮ ਨਹੀਂਗਾ ਮੈਨੂੰ ਤੇਰਾ ਕੋਈ ਕੰਮ ਨਹੀਂਗਾ ਮੇਰੇ ਨਾਲ ਚੱਲਦੇ ਸਹੀ ਨਹਿਰ ਤੇ ਪੁੱਤਰ ਬਣੇ ਥੇ ਮੈਂ ਤੈਨੂੰ ਕਹਿ ਰਿਹਾ ਮੇਰੇ ਨਾਲ ਨਹਿਰ ਤੇ ਚੱਲ ਇੱਕ ਮੈਂ ਨਹੀਂ ਜਾਣਾ ਚੱਲ ਨਿਕਲ ਥੋਏ ਮੇਰੀ ਗੱਲ ਤੇਰਾ ਦਿਮਾਗ ਨਾ ਖਰਾਬ ਕਰ ਮੈਂ ਅੱਗੇ ਬੜਾ ਪਰੇਸ਼ਾਨ ਆ ਚੰਡ ਮਾਰੀਆਂ ਨਹੀਂ ਨਾ ਦੋ ਆਹ ਮਾਰੀਆਂ ਨਹੀਂ ਤੇ ਚੱਲ ਆ ਫਿਰ ਨਹਿਰ ਤੇ ਫਿਰ ਤੂੰ ਬੰਦੇ ਓਏ ਓਏ ਮੈਨੂੰ ਬੈ ਕੀ ਆ ਹਤੀ ਨਾ ਬੈ ਮੈਂ ਪੈ ਇੱਧਰ ਹਤੀ ਫਿਰ ਤੂੰ ਮੈਂ ਤੈਨੂੰ ਨਹਿਰ ਤੇ ਕੱਢ ਨਹੀਂ ਹੁਣ ਮੈਂ ਨਹੀਂ ਉਜਾਨ ਨਹਿਰ ਤੇ ਤੇਰੇ ਨਾਲ ਇੰਨੀ ਗਰਮੀ ਪੈ ਰਹੀ ਹੈ ਚੱਲ ਆ ਚਲੀਏ ਤੇ ਗਰਮੀ ਪੈਣ ਦੀ ਮੇਰੇ ਵਾਸਤੇ ਪੈਣ ਦੀ ਭਾਈ ਇੱਕ ਮਿੰਟਾਂ ਤੇ ਆਈਓ ਮੇਰੇ ਨਾਲ ਨਹਿਰ ਤੇ ਤੁਹਾਡੀ ਮਿਹਰਬਾਨੀ ਚੱਲ ਨਿਕਲ ਜਾ ਮੇਰਾ ਦਿਮਾਗ ਮੈਂ ਤੁਹਾਨੂੰ ਕਹਿ ਰਿਹਾ ਹਾਂ ਮੇਰੇ ਹੱਥ ਨਾ ਮੇਰੇ ਹੱਥ ਨਾ ਆਈਓ ਆਈਓ ਇਹ ਮੈਂ ਪ੍ਰੈਕ ਕਰ ਰਿਹਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਬਾਂ ਕੀ ਹਾਲ ਹੈ ਭਾਈ ਠੀਕ ਠੀਕ ਠਾਕ ਹੋ ਸ਼ੁਕਰ ਅੱਲਾ ਦਾ ਮੈਨੂੰ ਨਾ ਤੁਹਾਡੇ ਨਾਲ ਇੱਕ ਛੋਟਾ ਜਿਹਾ ਕੰਮ ਹੈ ਕੀ ਕੰਮ ਹੈ ਭਾਜੀ ਹੈ ਕੀ ਕੰਮ ਹੈ ਇੱਕ ਛੋਟਾ ਜਿਹਾ ਹੀ ਕੰਮ ਹੈ ਭਾਜੀ ਤੇਰਾ ਛੋਟਾ ਜਿਹਾ ਕੰਮ ਹੈ ਓ ਨੋ ਦੱਸੋ ਤੇ ਸਹੀ ਕੀ ਵੇਖ ਰਿਹਾ ਹੈ ਓ ਵੇਖਣ ਕੀ ਦਿਆ ਭਾਈ ਤੁਸੀਂ ਕਦੀ ਨਾ ਚੂਹੇ ਔਰ ਚੂਹੀ ਦੀ ਲੜਾਈ ਵੇਖੀ छोटा जहां ਮੈਂ ਉੱਥੇ ਨਹਿਰ ਤੇ ਕੀ ਲੈਣ ਜਾਣਾ ਹੈ ਨਹਿਰ ਤੇ ਮੇਰੇ ਕੋਲ ਬੁੜਾ ਨਹੀਂ ਆ ਕੀ ਕਰਨੀ ਹੈ ਨਹੀਂ ਮੇਰੇ ਕੋਲ ਨਹਿਰ ਤੇ ਭਾਈ ਮੈਨੂੰ ਇਹੋ ਜਿਹਾ ਸ਼ੌਕ ਨਹੀਂ ਹੈ ਕੀ ਆ ਮੇਰੇ ਨਾਲ ਉੱਥੇ ਜਾ ਕੇ ਨਹਿਰ ਤੇ ਹੈ ਕੀ ਦੇਣਾ ਹੈ ਮੈਨੂੰ ਤੁਹਾਨੂੰ ਚੂਈ ਚੂਈ ਦੀ ਲੜਾਈ ਵਹਾਣੀ ਹੈ ਨਹੀਂ ਮੈਂ ਨਹੀਂ ਬੈਂਦਾ ਚੂਈ ਚੂਈ ਦੀ ਮੇਰੀ ਗੱਲ ਸੁਣ ਚੂਈ ਚੂਈ ਦੀ ਮੇਰੀ ਗੱਲ ਸੁਣ ਲੜਾਈ ਕਰੀ ਚੂਈ ਚੂਈ ਦੀ ਲੜਾਈ ਵਹਾਣਾ ਪਿਆ ਮੇਰੇ ਨਾਲ ਚੱਲੋ ਭਾਈ ਮੇਰੇ ਨਾਲ ਕਿਉਂ ਮੈਂ ਚੱਲਾਂ ਇੱਕ ਕੁਝ ਮਿੰਟ ਲੋ ਕੀ ਹਾਤੀ ਕਿਉਂ ਪੈ ਲੜਾ ਠੀਕ ਹੈ ਤੂੰ ਚੂਈ ਚਾਈ ਦੀ ਕੀ ਹੁੰਦੀ ਹੈ ਤੇ ਭਾਈ ਤੁਹਾਨੂੰ ਆ ਦੇਣਾ ਕੀ ਹੋ ਗਿਆ ਜੇ 2 ਮਿੰਟ ਲੱਗ ਰਹੇ ਨੇ 2 ਮਿੰਟ ਲੱਗ ਰਹੇ ਨੇ 2 ਮਿੰਟ ਲੱਗ ਰਹੇ ਨੇ ਤੇ ਚੱਲੋ ਉੱਧਰ ਸਹੀ ਨਾ ਨਾ ਮੈਂ ਉੱਥੇ ਕੀ ਕੰਮ ਹੈ ਭਾਈ ਤੁਹਾਨੂੰ ਲੱਗਾ ਵੀ ਬੜਾ ਜ਼ਰੂਰੀ ਚਲੋ ਮੇਰੇ ਨਾਲ ਲੈ ਜਾ ਕੰਮ ਓਏ ਇੱਕ ਮਿੰਟ ਲੋਕ ਕੀ ਹਾਂ ਸਾਗ ਰੁਪਏ ਕਰ ਰਿਹਾ ਤਾਗੇ ਪੈ ਨਾ ਪਏ ਤੇ ਤੁਹਾਨੂੰ ਖੜ ਲੱਗਾ ਨਹਿਰ ਤੇ ਤੈਨੂੰ ਨਹਿਰ ਤੇ ਬੈਠ ਜਾਣਾ ਨਹਿਰ ਤੇ ਬੈਠ ਜਾਣਾ ਨਹਿਰ ਤੇ ਭਾਈ ਤੁਹਾਨੂੰ ਪੈ ਵੀ ਦਾਂਗਾ ਪੈ ਕਰੋ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਭਾਈ ਤੂੰ ਵੀ ਠੀਕ ਹੈ ਫਿਲਮ ਲੱਗੀ ਹੈ ਹਾਂ ਜੀ ਲੱਗੀ ਹੈ ਫਿਲਮ ਅੱਛਾ ਜੀ ਐਂਡ ਚੱਲਦਾ ਹੈ ਐਂਡ ਚੱਲਦਾ ਪਿਆ ਹਾਂ ਜੀ ਤੇ ਕਿੰਨੇ ਦੀ ਟਿਕਟ ਜੀ 500 ਰੁਪਏ ਦੀ 500 ਦੀ ਟਿਕਟ ਹੈ ਹਾਂ ਜੀ ਅੱਛਾ ਜੀ ਤੁਹਾਡੀ ਤਨਖਾਹ ਕਿੰਨੀ ਹੈ 12000 ਰੁਪਏ 12000 ਰੁਪਏ ਹਾਂ ਜੀ ਤੇ ਤੁਸੀਂ ਇੱਥੇ ਗੇਟ ਤੇ ਹੀ ਬੈੰਦੇ ਹੋ ਹਾਂ ਜੀ ਭਾਈ ਗੇਟ ਤੇ ਹੀ ਬਹਿਣਾ ਹੋਰ ਕਿੱਥੇ ਬਹਿਣਾ ਇੰਨੀ ਗਰਮੀ ਦੇ ਵਿੱਚ ਜੀ ਭਾਈ ਫਿਰ ਬੱਚਿਆਂ ਦੀ ਖਾਤਰ ਫਿਰ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ ਬੱਚਿਆਂ ਦੀ ਖਾਤਰ ਜਿਹੜਾ ਹੈ ਨਾ ਲੋਕੀ ਕਈ ਪੀਟੀਆਈ ਛੱਡ ਰਹੇ ਨੇ ਠੀਕ ਹੈ ਕਦੀ ਕੁਛ ਕਰ ਰਹੇ ਨੇ ਕਦੀ ਕੁਛ ਕਰ ਰਹੇ ਨੇ ਜ਼ਿਆਦੀ ਹੁੰਦੀ ਹੈ ਨਾ ਵੇਖੋ ਜੀ ਮਜ਼ਦੂਰ ਨਾਲ ਤੇ ਜ਼ਿਆਦੀ ਹੈ ਹਾਂਜੀ ਸਾ ਹੁੰਦੀ ਮਜ਼ਦੂਰ ਨਾਲ ਜ਼ਿਆਦੀ ਹੈ ਭਾਈ ਠੀਕ ਹੈ ਹਾਂਜੀ ਤੇ ਗੱਲ ਸੁਣੋ ਇੱਕ ਮਿੰਟ ਗੱਲ ਸੁਣਿਆ ਜੀ ਤੁਹਾਡਾ ਨਾਂ ਕੀ ਹੈ ਮੁਹੰਮਦ ਰਜ਼ਵਾਨ ਮੁਹੰਮਦ ਰਜ਼ਵਾਨ ਹਾਂਜੀ ਮੁਹੰਮਦ ਰਜ਼ਵਾਨ ਹਾਂਜੀ ਅਗਰ ਤੈਨੂੰ ਮੈਂ 24000 ਰੁਪਇਆ ਨੌਕਰੀ ਤੇ ਤੈਨੂੰ ਰਖਾ ਦਿਆਂ ਹਾਂਜੀ ਤੇ ਕਰ ਲੈਂਗਾ ਨਹੀਂ ਆਈ ਠੀਕ ਹੈ ਸ਼ੁਕਰ ਹੈ ਅੱਲਾ ਦਾ ਇੱਥੇ ਸ਼ੁਕਰ ਹੈ ਅੱਲਾ ਦਾ ਹਾਂਜੀ ਸ਼ੁਕਰ ਹੈ ਆਈ ਠੀਕ ਹੈ ਆਈ ਠੀਕ ਹੈ ਹਾਂਜੀ ਤੈਨੂੰ ਮੈਂ ਅਗਰ ਨੌਕਰੀ 24000 ਰੁਪਇਆ ਨਹੀਂ ਨਹੀਂ 24000 ਰੁਪਇਆ ਤਾਂ ਨਹੀਂ ਆਈ ਠੀਕ ਹੈ ਬਸ ਮੇਰੀ ਗੱਲ ਤੇ ਸੁਣ ਨਾ ਨਹੀਂ ਨਹੀਂ ਆਈ ਠੀਕ ਹੈ ਤੈਨੂੰ ਕਰਨਾ ਕੁਛ ਨਹੀਂ ਪਏਗਾ ਹਾਂਜੀ ਇੱਥੇ ਵੀ ਕੁਛ ਨਹੀਂ ਕਰਨਾ ਪੈ ਰਿਹਾ ਹੈ ਇੱਥੇ ਵੀ ਕੁਛ ਨਹੀਂ ਕਰਨਾ ਮੈਂ ਮਿਲਣ ਚੱਲਣਾ ਨਹਿਰ ਤੇ ਨਹਿਰ ਤੇ ਕੀ ਲੈਣ ਜਾਣਾ ਹੈ ਨਹਿਰ ਤੇ ਕੀ ਲੈਣ ਜਾਣਾ ਨਹਿਰ ਤੇ ਅਸੀਂ ਜਾ ਕੇ ਬੈਨੇ ਆ ਪਾਣੀ ਗੰਦਾ ਹੈ ਕਿ ਸਾਫ਼ ਆ ਗਿਆ ਤੇ ਚੱਲਦੇ ਆ ਨਹਿਰ ਤੇ ਇੱਥੇ ਫਿਲਮ ਚੱਲਦੀ ਪਈ ਹੈ ਤੇ ਫਿਲਮ ਛੱਡ ਕੇ ਮੈਂ ਤੁਹਾਡੇ ਨਾਲ ਨਹਿਰ ਤੇ ਚਲੇ ਜਾਵਾਂ ਤੇ ਤੈਨੂੰ 24000 ਰੁਪਈਆ ਵੀ ਤਨਖਾਹ ਤੇ ਦੇਣੀ ਹੈ ਨਾ ਹਰ ਮਹੀਨੇ ਕਿਹੜੀ 24000 ਮੇਰੀ ਗੱਲ ਤੇ ਤਨਖਾਹ ਦੇਣੀ ਹੈ ਕਿਹੜੀ 24000 ਰੁਪਈਆ ਤਨਖਾਹ ਦੇਣੀ ਹੈ ਮੈਨੂੰ ਹੈ ਤੂੰ ਮੇਰੇ ਨਾਲ ਚੱਲ ਮੈਂ ਮਾਲਕ ਨੂੰ ਜਾ ਓਏ ਮੇਰੀ ਗੱਲ ਸੁਣੋ ਇੱਕ ਮਿੰਟ ਖਲੋ ਓਏ ਇੱਕ ਮਿੰਟ ਖਲੋ ਵਿਲੇ